ਫਿਰ ਇਹ ਆ ਜਾਣੇ ਆ, ਫਿਰ ਨਿਊਟਰਲ ਲੈ ਆਉਣਗੇ ਇਹਨਾਂ ਨੂੰ। ਅੱਛਾ ਮੈਨੂੰ ਤਾਂ ਇਹ ਸਮਝ ਨਹੀਂ ਆਈ ਕਿ ਫੌਜ ਨੂੰ ਵੀ ਹੋਰ ਬੰਦਾ ਨਹੀਂ ਲੱਭਿਆ, ਨਹੀਂ ਹੋਰ ਬੰਦਾ ਨਹੀਂ ਲੱਭਿਆ ਕਿਸੇ ਹੋਰ ਨੂੰ ਵਜ਼ੀਰ ਆਜ਼ਮ, ਉਹਨਾਂ ਨੂੰ ਵੀ ਇਹੀ ਲੱਭੇ ਜਿਹੜੇ ਇਹਨਾਂ ਨੂੰ ਗਾਲਾਂ ਕੱਢਦੇ ਸੀ, ਜਿਨ੍ਹਾਂ ਨੇ ਕਿਹਾ ਸੀਗਾ ਕਿ ਬੰਬਈ ਹਮਲੇ ਫੌਜ ਨੇ ਕਰਾਏ ਜੀ ਅਸੀਂ ਨਹੀਂ ਕਰਾਏ, ਇਹਨਾਂ ਨੂੰ ਉਹੀ ਲੱਭੇ। ਇੰਨੀ ਗੈਰਤ ਮਾਰ ਗਈ ਮੇਰਾ ਮੁੰਡਾ, ਮੇਰਾ ਮੁੰਡਾ ਕਹਿੰਦਾ ਸੀ ਮੈਂ ਪਾਪਾ ਫੌਜੀ ਬਣਨਾ, ਹੁਣ ਵਧੀਆ ਕਹਿੰਦਾ ਕਹਿੰਦਾ ਮੈਂ ਤਾਂ ਨਹੀਂ ਫੌਜੀ ਬਣਨਾ ਪਾਪਾ, ਇਹ ਤਾਂ ਚਾਰ ਪੰਜ ਜਿਹੜੇ ਵੱਡੇ ਅਫਸਰ ਹੈਗੇ ਇਹ ਗਦਾਰੀ ਮੁਲਕ ਨਾਲ ਕਰ ਲੈਣ ਤਾਂ ਸਾਨੂੰ ਬਾਰਡਰਾਂ 'ਤੇ ਜਾਨ ਦੇਣ ਦਾ ਕੀ ਫਾਇਦਾ, ਅਤੇ ਇਹੋ ਜਿਹੀ ਕੌਮ ਵਾਸਤੇ ਦੇਈਏ ਜਿਹੜੇ ਸਬਰ ਹੀ ਨਹੀਂ ਕਰ ਸਕਦੀ, ਜਿਹੜੇ ਜਿਹਨੂੰ ਪਹਿਚਾਣ ਹੀ ਨਹੀਂ ਹੈ ਅੱਛੇ ਬੁਰੇ ਦੀ। ਹਾਂ ਉਹ ਯਾਰ ਅੱਲਾ ਹੀ ਹੈ ਇਸ ਕੌਮ ਦਾ, ਮੈਂ ਤਾਂ ਇਹ ਕਹਿੰਦਾ ਅੱਲਾ ਕਰੇ ਐਟਮ ਬੰਬ ਪਏ ਪਏ ਚੱਲ ਜਾਣ, ਚੱਲ ਜਾਣ ਸਾਰੇ ਮੁਲਕਾਂ ਦੇ ਚੱਲ ਜਾਣ, ਚਾਹ ਬਚ ਜਾਵੇ ਤੇ ਅਸੀਂ ਬਚ ਜਾਈਏ, ਕੋਈ ਸ਼ੈ ਨਾ ਬਚੇ ਅੱਲਾ ਵਾਲੀ, ਕਿਉਂਕਿ ਹਲੇ ਅਸੀਂ ਬਿਸਕਟ ਵੀ ਖਾਣੇ। ਉਹਨੇ 100 ਰੁਪਈਆ ਦਿੱਤਾ, ਤੈਨੂੰ ਸਮਝ ਆਉਂਦੀ ਵੀ ਨਵਾਜ਼ ਸ਼ਰੀਫ, ਉਹਨੇ 100 ਰੁਪਈਆ ਪਾਇਆ, ਜਿਹੜਾ ਕਹਿੰਦਾ ਯਾਰ ਅੱਗੇ ਭੈਣ ਭਰਾ ਵੀ ਆਏ ਬੈਠੇ ਤੇ ਖਰਚਾ ਬਹੁਤਾ ਹੋਣ ਡਿਆ, ਬਿਸਕਟਾਂ ਦਾ 100 ਦਿੱਤੀ ਵੀ ਇੱਧਰ 20 ਪੈਣੇ ਸੀ, ਉੱਧਰ 100 ਇਕੱਲਾ ਹੀ ਪਾਈ ਬੈਠਾ, ਹਾਲੇ ਤਾਂ ਖਰਚਾ ਬਹੁਤਾ ਹੋਣ ਡਿਆ, ਇਸ ਵਾਸਤੇ ਕਹਿਣ ਡਿਆ ਐਟਮ ਬੰਬ ਚੱਲ ਗਿਆ, ਇਹ ਤਾਂ ਸਾਡੀ ਆਦਤਾਂ ਖਰਾਬ ਕਰ।